ਭਾਜੀ ਬੱਚਾ ਨਾ ਪਲੱਸ ਟੂ ਪਾਸ ਆਊਟ ਹੈ ਰੀਸੈਂਟਲੀ, ਆਇਲਸ ਕਰੀ ਹੈ, ਓਵਰਆਲ 6 ਆਏ ਨੇ, ਦੋਵਾਂ 'ਚ 5.5 ਨੇ। ਮੈਨੂੰ ਕਈ ਲੋਕਾਂ ਨੇ ਕਿਹਾ ਕਿ ਕੈਨੇਡਾ ਜਿਹੜਾ ਉਹ ਚੇਂਜਿਸ ਕਰ ਰਿਹਾ, ਉਹਨੂੰ ਦੁਬਾਰਾ 6C 'ਚ ਜਿਹੜੇ ਉਹ ਮੈਂਡੇਟਰੀ ਕਰ ਦੇਣੇ ਹੈ, ਅਤੇ ਹੁਣ ਸਾਨੂੰ ਬੱਚੇ ਦੀ ਫਾਈਲ ਅਪਲਾਈ ਕਰ ਲੈਣੀ ਚਾਹੀਦੀ ਹੈ ਜਾਂ ਫਿਰ ਦੁਬਾਰਾ 6C 'ਚ ਉਹਦੇ ਰਿਪੀਟ ਕਰਾਈ ਆਇਲਸ? ਸੋ ਜਨਰਲੀ ਇੱਕ ਚੀਜ਼ ਹੈ ਜੀ, ਤੁਸੀਂ ਕਹਿੰਦੇ ਹੋ ਕਿ ਨਵੇਂ ਤੋਂ ਨਵਾਂ ਰੂਲ ਅਪਡੇਟ ਹੁੰਦਾ ਪਿਆ ਜੀ, ਨਵੇਂ ਰੂਲਸ ਆਉਂਦੇ ਪਏ ਨੇ। ਸੋ 6 ਓਵਰਆਲ ਤੇ ਅੱਜ ਦੇ ਦਿਨ 'ਚ ਫਾਈਲ ਐਕਸੈਪਟ ਹੁੰਦੀ ਵੀ ਹੈ, ਬਟ ਗੱਲ ਇਹ ਹੈ ਕਿ ਸਮਾਂ ਸਾਂਭਣ ਦੀ ਹੈ। ਸੋ ਥੋੜ੍ਹਾ ਜਿਹਾ ਅਗਰ ਬੈਕ ਜਾਂਦੇ ਹਾਂ, ਪਲੱਸ ਟੂ ਬੇਸ 'ਤੇ ਕੈਨੇਡਾ ਨੇ ਦੋ ਹੱਥਾਂ ਨਾਲ ਸਪਾਊਸ ਵੀਜ਼ਾਸ ਦਿੱਤੇ ਸੀਗੇ। ਬੜੇ ਲੋਕਾਂ ਨੂੰ ਜੀ ਉਦੋਂ ਕਿਹਾ ਸੀਗਾ ਕਿ ਸਪਾਊਸ ਇਕੱਠਾ ਪਲੱਸ ਟੂ ਤੇ ਜਾ ਸਕਦਾ, ਜਿਹੜੇ ਬੰਦਿਆਂ ਨੇ ਮੌਕਾ ਸਾਂਭਿਆ, ਸਮਾਂ ਸਾਂਭਿਆ, ਅੱਜ ਆਪਦੇ ਪਰਿਵਾਰਕ ਮੈਂਬਰਾਂ ਦੇ ਨਾਲ, ਹਸਬੈਂਡ ਵਾਈਫ ਕੀ ਬੱਚੇ ਦੇ ਨਾਲ ਵੀ ਕੈਨੇਡਾ ਪਹੁੰਚੇ। ਜਦੋਂ ਰੂਲ ਥੋੜ੍ਹਾ ਜਿਹਾ ਚੇਂਜ ਹੋਇਆ, ਟਾਈਟ ਕੀਤਾ ਗਿਆ, ਪਲੱਸ ਟੂ ਬੇਸ 'ਤੇ ਸਪਾਊਸ ਬੰਦ ਹੋ ਗਿਆ। GIC ਜਦੋਂ ਘੱਟ ਸੀਗੀ ਉਦੋਂ ਬੜੇ ਲੋਕਾਂ ਨੂੰ ਸੀ ਕਿਹਾ ਕਿ ਘੱਟ GIC ਅਪਡੇਸ਼ਨ ਆਊਗੀ, ਪਹਿਲੇ ਪਹਿਲੇ ਅਪਲਾਈ ਕਰ ਲਓ। ਸੋ ਜਿਹਨੇ ਜਿਹਨੇ ਪਹਿਲਾਂ ਅਪਲਾਈ ਕਰ ਲਿਆ ਜੀ, ਉਹ 10,200 GIC ਦੇ ਨਾਲ ਗਏ। ਜਿਹੜੇ ਵੇਟ ਕਰਦੇ ਰਹਿ ਗਏ ਜਾਂ ਸਮਾਂ ਨਹੀਂ ਸਾਂਭ ਪਾਏ, ਉਹ ਅੱਜ $20,635 GIC ਡਬਲ ਦੇ ਨਾਲ ਪ੍ਰੋਸੈਸ ਕਰ ਰਹੇ। ਸੋ ਸੇਮ ਬੱਚੇ ਦੇ ਬੈਂਡ ਸਕੋਰ 6 ਓਵਰਆਲ ਨੇ, 2 'ਚ 5.5। ਅੱਜ ਦੀ ਗੱਲ ਕਰਾਂ, ਬਿਲਕੁਲ 6 ਓਵਰਆਲ 'ਤੇ ਵੀਜ਼ਾ ਲੈ ਸਕਦੇ ਹੋ, ਮੈਟਰ ਨਹੀਂ ਕਰਦਾ 2 'ਚ 5.5 ਹੈ, ਕਿਸੇ 'ਚ 5 ਆ ਜਾਂ 4.5 ਹੈ, ਅੱਜ ਵੀਜ਼ਾ ਲੈ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਆ ਕਿ ਵੇਟ ਕਰਨੀ ਹੈ ਅੱਗੇ ਵੀਜ਼ਾ ਸਕਸੈਸ ਰੇਟ ਦਾ ਕੁਛ ਕਿਹਾ ਨਹੀਂ ਜਾ ਸਕਦਾ, ਕਿਉਂਕਿ ਅੱਜ ਦੀ ਡੇਟ 'ਚ ਆਲਮੋਸਟ ਵੀਜ਼ਾਸ ਗਰਾਂਟ ਹੋ ਰਹੇ। ਸੋ ਇੱਕ ਹਫ਼ਤੇ 'ਚ ਬੱਚੇ ਦੀ ਫਾਈਲ ਨੂੰ ਆਫਰ ਲੈਟਰ ਤੋਂ ਲੈ ਕੇ ਐਮਬੈਸੀ ਤੱਕ ਲਾ ਸਕਦੇ ਹੋ, ਅਤੇ ਇਹ ਆਪਣਾ ਸਮਾਂ ਸਾਂਭ ਕੇ 6 ਓਵਰਆਲ ਨਾਲ ਕੈਨੇਡਾ ਦੀ ਫਾਈਲ ਲਾ ਸਕਦੇ ਹੋ। ਸੋ ਚਾਹੇ ਤੁਸੀਂ ਨਵੰਬਰ ਇਨਟੇਕ ਕਰਨਾ ਜਾਂ ਜਨਵਰੀ ਇਨਟੇਕ ਕਰਨਾ, ਬਟ ਅਗਰ ਆਪਾਂ ਵੇਟ ਕਰਦੇ ਹਾਂ, ਕੱਲ੍ਹ ਨੂੰ ਰੂਲਸ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਕਿਉਂਕਿ ਅੱਜ ਤੋਂ 2 ਸਾਲ ਬੈਕ ਅਗਰ ਜਾਈਏ, 6.5-7 ਬੈਂਡ ਵਾਲਾ ਬੱਚਾ ਵੀ ਰਿਫਿਊਜ਼ ਹੋ ਰਿਹਾ ਸੀਗਾ। ਸੋ ਇਸ ਸਾਲ ਦੇ ਕੋਟੇ ਦਾ ਲਾਸਟ ਇਨਟੇਕ ਹੈਗਾ, ਜਿੰਨੀਆਂ ਵੀ ਐਪਲੀਕੇਸ਼ਨ ਕਰਨਾ ਚਾਹੁੰਦੇ ਆ ਹੁਣ ਵੀਜ਼ੇ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਆ, ਚੰਗਾ ਰਿਜ਼ਲਟ ਦੇਖਣ ਨੂੰ ਮਿਲੂਗਾ, ਅਤੇ 6 ਓਵਰਆਲ ਨਾਲ ਅਪਲਾਈ ਕਰ ਸਕਦੇ ਆ। ਅੱਗੇ ਦੇ ਸਮੇਂ ਦਾ ਕੈਨੇਡਾ ਟਾਈਟ ਹੀ ਕਰੂਗਾ।